ਸ਼੍ਰੀਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ ਤੋਂ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਪੰਗੂ ਸਾਹਿਬ ਜੀ। ਡਾਕਟਰ ਸਾਹਿਬ, ਕੋਰਟ ਤੋਂ ਜ਼ਮਾਨਤ ਮਿਲ ਗਈ ਅਰਵਿੰਦ ਕੇਜਰੀਵਾਲ ਨੂੰ, ਲਿਕਰ ਪਾਲਿਸੀ ਦਾ ਮਾਮਲਾ, ਤੇ ਹੁਣ ਕੇਜਰੀਵਾਲ ਸਾਹਿਬ ਬਾਹਰ ਆਉਣਗੇ। ਪਹਿਲਾਂ ਵੀ ਇੱਕ ਵਾਰ ਜ਼ਮਾਨਤ ਮਿਲੀ ਸੀ ਚੋਣ ਪ੍ਰਚਾਰ ਕਰਨ ਦੇ ਲਈ, 2 ਤਰੀਕ ਨੂੰ ਫਿਰ ਵਾਪਸੀ ਹੋ ਗਈ ਜੇਲ੍ਹ ਦੇ ਵਿੱਚ। ਕੱਲ੍ਹ ਹੀਅਰਿੰਗ ਵੀ ਸੀ ਕੋਰਟ ਦੇ ਵਿੱਚ, ਉੱਥੇ ਵੀ ED ਦਾ ਕੇਸ ਥੋੜਾ ਜਿਹਾ ਢਿੱਲਾ ਪੈਂਦਾ ਨਜ਼ਰ ਆਇਆ, ਤਾਂ ਅੱਜ ਮੋਹਰ ਲੱਗ ਗਈ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਦੇ ਉੱਪਰ, ਤੇ ਹੁਣ ਬਾਹਰ ਆਉਣਗੇ। ਕੀ ਕਹਿਣਾ ਚਾਹੋਗੇ ਇਹਦੇ ਤੇ ਜੀ? ਜੀ, ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਆਮ ਲੋਕਾਂ ਦਾ ਜਸਟਿਸ ਦੇ ਵਿੱਚ, ਨਿਆਂਪਾਲਿਕਾ ਦੇ ਵਿੱਚ ਵਿਸ਼ਵਾਸ ਜਿਹੜਾ ਹੈਗਾ ਉਹ ਵਧਿਆ ਹੈ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ED ਜਾਂ ਹੋਰ ਜਿਹੜੀਆਂ ਏਜੰਸੀਆਂ ਨੇ ਸੈਂਟਰ ਦੀਆਂ, ਉਹ ਲਗਾਤਾਰ ਇੱਕ ਖਾਸ ਕਿਸਮ ਦੇ ਪ੍ਰੈਸ਼ਰ ਦੇ ਥੱਲੇ, ਮੇਰਾ ਕਹਿਣ ਤੋਂ ਭਾਵ ਹੈ ਕਿ ਖਾਸ ਤੌਰ 'ਤੇ BJP ਸਰਕਾਰ ਦੇ ਪ੍ਰੈਸ਼ਰ ਥੱਲੇ ਕੰਮ ਕਰਦੀਆਂ ਨਜ਼ਰ ਆ ਰਹੀਆਂ ਸੀਗੀਆਂ। ਔਰ ਇਹਦੇ ਵਿੱਚ ਚਾਹੇ ਵੱਖ ਵੱਖ ਸਟੇਟਾਂ ਦੇ ਵਿੱਚ MLAs ਨੂੰ ਜਾਂ ਮਿਨਿਸਟਰ ਨੂੰ ਤੋੜ ਕੇ ਸਰਕਾਰਾਂ ਤੋੜਦੀਆਂ, ਉਹਨਾਂ ਦੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ, ਇਸੇ ਤਰ੍ਹਾਂ ਆਮ ਜਿਹੜੇ ਸਧਾਰਨ ਲੋਕਾਂ ਦੇ ਉੱਤੇ ਹੋਰ ਤਰ੍ਹਾਂ ਦੇ ਤਸ਼ੱਦਦ ਜਾਂ ਜਿਹੜੇ ਵਿਰੋਧੀ ਨੇਤਾ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਝੂਠੇ ਮੁਕੱਦਮੇ ਦਰਜ ਕਰਕੇ, ਚਾਹੇ ਉਹ ED ਦੇ ਰਾਹੀਂ ਹੋਣ ਜਾਂ ਹੋਰ ਵੱਖ ਵੱਖ ਏਜੰਸੀਆਂ ਦੇ ਰਾਹੀਂ ਹੋਣ, ਇੱਥੋਂ ਤੱਕ ਕਿ ਸਿਰਫ ਮੈਂ ਆਮ ਜਾਂ ਮਿਨਿਸਟਰ ਸਾਹਿਬਾਨ ਦੀ ਗੱਲ ਨਹੀਂ ਕਰ ਰਿਹਾ, ਸਗੋਂ ਮੁੱਖ ਮੰਤਰੀ ਤੱਕ ਤੁਸੀਂ ਦੇਖੋਗੇ ਕਿ ਚਾਹੇ ਝਾਰਖੰਡ ਦੇ ਮੁੱਖ ਮੰਤਰੀ ਸਾਹਿਬ ਹੋਣ, ਚਾਹੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਹੋਣ, ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਉਹਨਾਂ ਦੇ ਉੱਤੇ ਵੀ ਝੂਠੇ ਮੁਕੱਦਮੇ ਪਾ ਕੇ ED ਦੇ ਰਾਹੀਂ ਐਸੇ ਮੁਕੱਦਮਿਆਂ ਦੇ ਵਿੱਚ ਉਹਨਾਂ ਨੂੰ ਫਸਾਇਆ ਗਿਆ, ਜਿਹਦੀ ਛੇਤੀ ਛੇਤੀ ਜ਼ਮਾਨਤ ਵੀ ਨਹੀਂ ਹੁੰਦੀ। ਅਦਾਲਤ ਵੀ ਹੱਥ ਖੜੇ ਕਰਦੀ ਹੈ ਕਿ ਭਾਈ ਇਹ ਕਾਨੂੰਨ ਐਸੇ ਨੇ ਜਿਹਦੇ ਵਿੱਚ ਅਸੀਂ ਜ਼ਮਾਨਤ ਨਹੀਂ ਦੇ ਸਕਦੇ, ਪਰ ਇਹਦੇ ਵਿੱਚ ਝੂਠ ਹੀ ਇੰਨਾ ਸੀਗਾ ਇਸ ਕੇਸ ਦੇ ਵਿੱਚ ਜਿਹੜਾ ਆਪਾਂ ਅੱਜ ਜ਼ਿਕਰ ਕਰਦੇ ਹਾਂ ਕੇਜਰੀਵਾਲ ਸਾਹਿਬ ਦਾ, ਕਿ ਉਹਦੇ ਵਿੱਚ ਪਹਿਲਾਂ ਜਿਵੇਂ ਤੁਸੀਂ ਦੱਸਿਆ ਹੈ ਕਿ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਦਿੱਤੀ ਗਈ ਇਸ ਤੋਂ ਪਹਿਲਾਂ ਚੋਣਾਂ ਦੇ ਦੌਰ ਦੇ ਵਿੱਚ, ਹੁਣ ਜਿਹੜਾ ਹੈਗੀ ਹੈ ਪੱਕੀ ਜ਼ਮਾਨਤ ਦਿੱਤੀ ਗਈ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਨਿਰਾ ਇੱਕ ਝੂਠ ਦਾ ਪੁਲੰਦਾ ਕੇਸ ਜਿਹੜਾ ਸੀਗਾ ਉਹ ਨਿਕਲਿਆ, ਔਰ ਅਦਾਲਤ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ, ਔਰ ਲੋਕਾਂ ਦਾ ਨਿਆਂਪਾਲਿਕਾ ਦੇ ਵਿੱਚ ਵਿਸ਼ਵਾਸ, ਅਦਾਲਤਾਂ ਦੇ ਵਿੱਚ ਵਿਸ਼ਵਾਸ ਜਿਹੜਾ ਹੈਗਾ ਉਹ ਵੱਧਦਾ ਨਜ਼ਰ ਆਇਆ ਇਹਦੇ ਨਾਲ। ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਅਦਾਲਤਾਂ ਨੇ ਇਸੇ ਤਰ੍ਹਾਂ ਆਪਣੀ ਸਹੀ ਜ਼ਿੰਮੇਵਾਰੀ ਨੂੰ ਨਿਭਾਉਂਦੀਆਂ ਹੋਈਆਂ ਇੱਦਾਂ ਦੇ ਜਿਹੜੇ ਝੂਠੇ ਕੇਸ ਨੇ ਉਹਨਾਂ ਦਾ ਨਿਪਟਾਰਾ ਛੇਤੀ ਕਰਨਗੀਆਂ, ਤੇ ਜਿਹੜੇ ਹੋਰ ਵੀ ਬੜੇ ਜਿਹੜੇ ਲੀਡਰ ਸਾਹਿਬਾਨ ਨੇ ਵੱਖ ਵੱਖ ਪਾਰਟੀਆਂ ਦੇ, ਵਿਰੋਧੀ ਧਿਰਾਂ ਦੇ, ਜਿਹੜੇ ਅੱਜ ਤਿਹਾੜ ਜੇਲ੍ਹ ਜਾਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਬੈਠੇ ਨੇ, ਉਹ ਵੀ ਬਾਹਰ ਆਉਣਗੇ, ਉਹਨਾਂ ਨੂੰ ਵੀ ਜ਼ਮਾਨਤਾਂ ਮਿਲਣਗੀਆਂ, ਉਹ ਵੀ ਆਪਣੇ ਆਪਣੇ ਕੇਸਾਂ 'ਚੋਂ ਬਰੀ ਹੋਣਗੇ। ਇਹੀ ਸਾਨੂੰ ਉਮੀਦ ਅਦਾਲਤਾਂ ਤੋਂ, ਭਾਰਤੀ ਨਿਆਂਪਾਲਿਕਾ ਤੋਂ ਤਵੱਕੋ ਕਰਨੀ ਚਾਹੀਦੀ ਹੈ। ਸੋ ਉਮੀਦ ਹੈ ਕਿ ਫਿਊਚਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਪੋਲੀਟਿਕਸ ਹੈ, ਗੰਦੀ ਪੋਲੀਟਿਕਸ, ਡਰਟੀ ਪੋਲੀਟਿਕਸ ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਜਿਹਦਾ ਦਿਲ ਕਰਦਾ, ਜਿਹੜਾ ਵੀ ਮੋਦੀ ਸਾਹਿਬ ਦੀ ਸਰਕਾਰ ਦੇ ਖਿਲਾਫ ਬੋਲਦਾ, ਉਹਨੂੰ ਟੰਗ ਦਿਓ, ਉਹਨੂੰ ਉਹਨੂੰ ਜਿਹੜਾ ਹੈਗਾ ਕਿ ਝੂਠੇ ਕੇਸਾਂ 'ਚ ਉਲਝਾ ਲਓ, ਜਾਂ ਹੋਰ
ਕਿਵੇਂ ਨਾ ਕਿਵੇਂ ਉਹਨਾਂ ਨੂੰ ਤੋੜ ਕੇ, ਉਹਨਾਂ ਪਾਰਟੀਆਂ ਨੂੰ ਤੋੜ ਕੇ, ਉਹਨਾਂ ਪਾਰਟੀਆਂ ਦੇ ਵਿੱਚੋਂ ਨਵੀਆਂ ਪਾਰਟੀਆਂ ਬਣਾ ਲਓ, ਜਿਵੇਂ ਆਪਾਂ ਮਹਾਰਾਸ਼ਟਰ ਦੇ ਵਿੱਚ ਦੇਖਿਆ ਸ਼ਿਵ ਸੈਨਾ ਦੇ ਵਿੱਚ ਜਾਂ ਹੋਰ ਜਿਹੜੀਆਂ ਛੋਟੀਆਂ ਪਾਰਟੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਬੀਜੇਪੀ ਪਾ ਰਹੀ ਹੈ। ਸੋ ਉਮੀਦ ਹੈ ਕਿ ਇਹ ਠੱਲ ਪਏਗੀ, ਕਿਉਂਕਿ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਇੱਕ ਵੱਡੀ ਹਾਰ ਬੀਜੇਪੀ ਨੂੰ ਮਿਲੀ ਹੈ, ਉਹਦੇ ਸੁਪਨੇ ਪੂਰੇ ਨਹੀਂ ਹੋਏ 400 ਸੀਟਾਂ ਦੇ। ਸੋ ਇਸ ਕਰਕੇ ਈਡੀ ਵੀ ਜਿਹੜੀ ਹੈਗੀ ਹੈ ਢਿੱਲੀ ਪੈਂਦੀ ਨਜ਼ਰ ਆਏਗੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਜਿਹੜੀਆਂ ਹੋਰ ਸੈਂਟਰ ਦੀਆਂ ਏਜੰਸੀਆਂ ਨੇ ਉਹ ਵੀ ਢਿੱਲੀਆਂ ਪੈਂਦੀਆਂ ਨਜ਼ਰ ਆਉਣਗੀਆਂ, ਕਿਉਂਕਿ ਜੇਕਰ 400 ਸੀਟਾਂ ਉਹਨਾਂ ਨੂੰ ਮਿਲ ਜਾਂਦੀਆਂ ਫਿਰ ਜ਼ਰੂਰ ਲੋਕਤੰਤਰ ਨੂੰ ਇੱਕ ਵੱਡਾ ਖਤਰਾ, ਵੱਡਾ ਚੈਲੰਜ ਹੋ ਜਾਣਾ ਸੀਗਾ। ਪਰ ਕਿਉਂਕਿ ਲੋਕਾਂ ਨੇ, ਹਿੰਦੁਸਤਾਨ ਦੇ ਲੋਕਾਂ ਨੇ ਇੱਦਾਂ ਦੀਆਂ ਪਾਰਟੀਆਂ ਨੂੰ ਮੂੰਹ ਨਹੀਂ ਲਾਇਆ ਔਰ ਉਹਨਾਂ ਨੂੰ 303 ਤੋਂ 240 ਦੇ ਉੱਤੇ ਲਿਆਂਦਾ, ਔਰ ਇਸ ਕਰਕੇ ਉਮੀਦ ਹੈ ਕਿ ਇਸ ਪ੍ਰੈਸ਼ਰ ਦੇ ਵਿੱਚ ਈਡੀ ਜਿਹੜੀ ਹੈਗੀ ਹੈ ਉਹ ਉਸ ਕਿਸਮ ਦਾ ਪ੍ਰਭਾਵ ਨਹੀਂ ਛੱਡ ਸਕੇਗੀ ਜਿਸ ਕਿਸਮ ਦਾ ਅੱਜ ਚੋਣਾਂ ਤੋਂ ਪਹਿਲਾਂ ਲੋਕ ਸਭਾ ਦੀਆਂ ਤੋਂ ਹੁੰਦਾ ਸੀਗਾ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਈਡੀ ਜਿਹੜੀ ਹੈਗੀ ਹੈ ਜਾਂ ਦੂਜੀਆਂ ਏਜੰਸੀਆਂ ਨੇ ਉਹ ਕਾਫੀ ਕਮਜ਼ੋਰ ਹੁੰਦੀਆਂ ਤੁਹਾਨੂੰ ਨਜ਼ਰ ਆਉਣਗੀਆਂ। ਪੰਗੂ ਸਾਹਿਬ, ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਡੈਂਟ ਪਊਗਾ ਡਾਕਟਰ ਸਾਹਿਬ ਇਸ ਇਲਜ਼ਾਮ ਦਾ? ਦੇਖੋ, ਇਹਦੇ ਨਾਲ ਡੈਂਟ ਦੀ ਬਜਾਏ ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਕਾਫੀ ਫਾਇਦਾ ਹੋਏਗਾ, ਕਿਉਂਕਿ ਜਦੋਂ ਤੁਸੀਂ ਕਿਸੇ ਲੀਡਰ ਨੂੰ ਝੂਠੇ ਕੇਸਾਂ 'ਚ ਫਸਾ ਕੇ ਇੱਦਾਂ ਤਸ਼ੱਦਦ ਦਿੰਦੇ ਹੋ ਔਰ ਉਹਨਾਂ ਦੇ ਵੱਖ ਵੱਖ ਲੀਡਰਾਂ ਨੂੰ, ਚਾਹੇ ਸਿਸੋਦੀਆ ਜੀ ਹੋਣ ਜਾਂ ਜੈਨ ਸਾਹਿਬ ਹੋਣ ਜਾਂ ਹੋਰ ਵੱਡੇ ਲੀਡਰ ਆਮ ਆਦਮੀ ਪਾਰਟੀ ਦੇ ਸੈਂਟਰ ਦੇ ਹੋਣ, ਉਹਨਾਂ ਨੂੰ ਇਸ ਤਰ੍ਹਾਂ ਦੇ ਮੁਕੱਦਮਿਆਂ ਦੇ ਵਿੱਚ ਫਸਾ ਕੇ ਅੱਜ ਤੱਕ ਤਿਹਾੜ ਜੇਲ੍ਹ ਦੇ ਵਿੱਚ ਡੱਕਿਆ ਹੋਇਆ। ਸੋ ਇਹਦੇ ਨਾਲ ਆਮ ਆਦਮੀ ਪਾਰਟੀ ਸਟਰੋਂਗ ਹੋਈ ਹੈ, ਹੋਰ ਸਟਰੋਂਗ ਹੋਏਗੀ, ਕਿਉਂਕਿ ਪੋਲੀਟੀਕਲ ਪਾਰਟੀਆਂ ਨੂੰ ਤਾਂ ਏਜੰਡਾ ਚਾਹੀਦਾ ਹੁੰਦਾ ਹੈ ਪੰਗੂ ਸਾਹਿਬ, ਕਿ ਜਦੋਂ ਉਹਨਾਂ ਨੂੰ ਇੱਕ ਏਜੰਡਾ ਮਿਲ ਗਿਆ ਤਾਂ ਇੱਕ ਸਿੰਪਥੀ ਵੋਟ ਜਿਹੜੀ ਹੁੰਦੀ ਹੈ, ਸਿੰਪਥੀ ਜਿਹੜੀ ਹੁੰਦੀ ਹੈ ਲੋਕਾਂ ਦੀ ਕਿ ਸਾਡੇ ਲੀਡਰ ਨੂੰ ਇਸ ਤਰ੍ਹਾਂ ਉਹ ਫੜ ਰਹੇ ਨੇ, ਇਸ ਤਰ੍ਹਾਂ ਜੇਲ੍ਹਾਂ 'ਚ ਸੁੱਟ ਰਹੇ ਨੇ, ਨਜਾਇਜ਼ ਤੌਰ 'ਤੇ ਤੰਗ ਕਰ ਰਹੇ ਨੇ, ਤਾਂ ਇਹਦੇ ਨਾਲ ਜਿਹੜਾ ਵਲੰਟੀਅਰ ਹੈ ਜਾਂ ਆਮ ਲੋਕ ਨੇ ਉਹਨਾਂ ਦੀ ਇੱਕ ਹਮਦਰਦੀ ਤੁਹਾਨੂੰ ਵੇਖਣ ਨੂੰ ਮਿਲੇਗੀ। ਔਰ ਇਹ ਚੋਣਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਦਿੱਲੀ ਦੇ ਵਿੱਚ ਹੀ ਆਪਾਂ ਦੇਖ ਲਓ ਵੋਟ ਸ਼ੇਅਰ ਜਿਹੜਾ ਹੈਗਾ, ਪਿਛਲੀਆਂ ਲੋਕ ਸਭਾ ਦੀਆਂ ਸ਼ੇਅਰ ਦੇਖ ਲਓ ਔਰ ਇਸ ਵਾਰੀ ਦਾ, ਜੇ ਪਿਛਲੇ ਵਾਰੀ 5-5 ਲੱਖ ਦਾ ਫਰਕ ਸੀਗਾ, ਇਸ ਵਾਰੀ ਚਾਹੇ ਦੋਵੇਂ ਪਾਰਟੀਆਂ ਨੇ ਰਲ ਕੇ ਚੋਣਾਂ ਲੜੀਆਂ ਪਰ ਜਿਹੜੇ ਵੋਟ ਸ਼ੇਅਰ ਹੈਗਾ ਉਹ ਬਹੁਤ ਵੱਧ ਚੁੱਕਿਆ ਸੀ, ਬਹੁਤ ਇੱਕ ਕਿਸਮ ਦੀ ਟੱਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਦਿੱਲੀ ਦੇ ਵਿੱਚ ਦਿੱਤੀ ਗਈ ਸੀਗੀ। ਸੋ ਇਹ ਟੱਕਰ ਦੇਣ ਦਾ ਮਕਸਦ ਹੀ ਇਹੀ ਸੀਗਾ ਜਾਂ ਮੀਨਿੰਗ ਹੀ ਇਹ ਸੀਗਾ, ਕਿਉਂਕਿ ਕੇਜਰੀਵਾਲ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਸੀਗਾ ਦਿੱਲੀ ਦਿਆਂ ਨੂੰ ਔਰ ਉਹਨਾਂ ਨੂੰ ਸਿੰਪਥੀ ਸੀਗੀ ਔਰ ਇਸ ਕਰਕੇ ਕਾਫੀ ਨੇੜੇ ਦਾ ਮੁਕਾਬਲਾ ਤੁਹਾਨੂੰ ਮਿਲਿਆ ਹੋਏਗਾ ਦਿੱਲੀ ਦੇ ਵਿੱਚ, ਜਿਹੜੀਆਂ 7 ਸੀਟਾਂ ਬੇਸ਼ੱਕ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਨਹੀਂ ਜਿੱਤ ਸਕੀਆਂ, ਪਰ ਪਿਛਲੇ ਵਾਰੀ ਨਾਲੋਂ ਜਿਹੜਾ ਗੈਪ ਸੀਗਾ ਉਹ ਬਹੁਤ ਜ਼ਿਆਦਾ ਘਟਿਆ, ਬਹੁਤ ਵੱਧ ਟੱਕਰ ਇਸ ਵਾਰੀ ਵੇਖਣ ਨੂੰ ਮਿਲੀ ਹੈ ਦਿੱਲੀ ਦੇ ਵਿੱਚ। ਪੰਗੂ ਸਾਹਿਬ, ਪੰਜਾਬ ਪੋਲਿਟਿਕਸ ਉੱਪਰ ਇਸੀ ਦਾ ਅਸਰ ਹੋਊਗਾ ਕੋਈ, ਕਿਉਂਕਿ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਵੀ ਐਕਸਾਈਜ਼ ਪਾਲਿਸੀ ਦੀ ਜਾਂਚ ਹੋ ਸਕਦੀ ਹੈ? ਦੇਖੋ, ਜਿਵੇਂ ਦਿੱਲੀ ਦੇ ਵਿੱਚ ਕੁਛ ਨਹੀਂ ਨਿਕਲ ਰਿਹਾ, ਆਪਾਂ ਦੇਖਿਆ ਹੈ ਕਿ ਦਿੱਲੀ ਦੇ ਵਿੱਚ ਸਭ ਇਹ ਇੱਕ ਸ਼ੜਿੰਤਰ ਦੇ ਤੌਰ ਤੇ, ਝੂਠ ਦੇ ਪਲੰਦੇ ਦੇ ਤੌਰ ਤੇ ਸਾਹਮਣੇ ਆਇਆ ਔਰ ਇਹਦੇ ਵਿੱਚ
ਇਸ ਕਿਸਮ ਦਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਇਸ ਕਿਸਮ ਦਾ ਦਿਖਾਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਸਾਰਾ ਫਰਾਡ ਹੈ, ਇਹਦੇ ਵਿੱਚ ਮਨੀ ਲਾਂਡਰਿੰਗ ਹੋਈ ਹੈ ਜਾਂ ਇਹਦੇ ਵਿੱਚ ਬਹੁਤ ਸਾਰੇ ਫਰਾਡ ਹੋਏ ਨੇ, ਜਦੋਂ ਕਿ ਹਕੀਕਤ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਅਦਾਲਤ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਇਹਦੇ ਵਿੱਚ ਕੋਈ ਸੱਚਾਈ ਨਜ਼ਰ ਨਹੀਂ ਆਈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਹਾਲਾਂਕਿ ਕੋਸ਼ਿਸ਼ ਜ਼ਰੂਰ ਕਰੇਗੀ ਬੀਜੇਪੀ ਆਪਣਾ ਸ਼ਡਿਅੰਤਰ ਕਰਨ ਦੀ, ਪਰ ਅਲਟੀਮੇਟ ਜਿੱਤ ਜਿਹੜੀ ਹੈਗੀ ਆ ਉਹ ਸੱਚ ਦੀ ਹੋਣੀ ਹੁੰਦੀ ਹੈ। ਸੋ ਦਿੱਲੀ ਦੇ ਕੇਸ ਵਿੱਚ ਵੀ ਕੇਜਰੀਵਾਲ ਜੀ ਦੇ ਕੇਸ ਵਿੱਚ ਵੀ ਜਿੱਤ ਜਿਹੜੀ ਹੈਗੀ ਆ ਸੱਚ ਦੀ ਹੋਈ ਹੈ। ਸੋ ਜੀ ਪੰਜਾਬ ਜਿਹੜਾ ਹੈਗਾ ਉਹਦੇ ਵਿੱਚ ਵੀ ਜਿਹੜਾ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ। ਪੰਗੂ ਸਾਹਿਬ ਜੀ ਬਿਲਕੁਲ। ਤੇ ਡਾਕਟਰ ਸਾਹਿਬ, ਜਿਵੇਂ ਲਿਕਰ ਪਾਲਿਸੀ ਦਾ ਇਹ ਮਾਮਲਾ ਸੀ, ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਪਹਿਲਾਂ ਸੰਜੇ ਸਿੰਘ ਹੋਰਾਂ ਨੂੰ, ਤੇ ਮਨੀਸ਼ ਸਿਸੋਦੀਆ ਨੂੰ ਤਾਂ ਜ਼ਮਾਨਤ ਨਹੀਂ ਮਿਲੀ ਹੈਗੀ। ਦੇਖੋ ਇਹਦੇ ਵਿੱਚ ਇਹ ਹੁੰਦਾ ਭੰਗੂ ਸਾਹਿਬ, ਜਿਹੜੇ ਇਹ ਕਾਨੂੰਨ ਬਣਾਏ ਗਏ ਨੇ ਸੈਂਟਰ ਵੱਲੋਂ, ਉਹਦੇ ਵਿੱਚ ਇਹ ਨਾਨ ਬੇਲੇਬਲ ਕਾਨੂੰਨ ਨੇ ਕਿ ਮਨੀ ਲਾਂਡਰਿੰਗ ਇੱਕ ਐਸਾ ਕੇਸ ਹੈ ਜਿਹਦੇ ਵਿੱਚ ਕੋਈ ਵੀ ਕਿਸੇ ਵੀ ਬਿਆਨ ਦੇ ਆਧਾਰ ਤੇ ਉਹ ਸਰਕਾਰ ਜਿਹੜੀ ਈਡੀ ਖਾਸ ਤੌਰ ਤੇ ਜਿਹੜੀ ਹੁੰਦੀ ਹੈ ਉਹ ਕਿਸੇ ਨੂੰ ਵੀ ਅੰਦਰ ਦੇ ਸਕਦੀ ਹੈ, ਕਿਉਂਕਿ ਜਿਵੇਂ ਆਪਾਂ ਕਹਿੰਦੇ ਹਾਂ ਕਿ ਨਾ ਵਕੀਲ ਦਲੀਲ ਅਪੀਲ, ਉਹਦੀ ਕੋਈ ਸੁਣਵਾਈ ਨਹੀਂ ਹੈ, ਕੋਈ ਉਹਦੇ ਵਿੱਚ ਕੋਈ ਤੁਸੀਂ ਵਕੀਲ ਨੂੰ ਨਹੀਂ ਰੱਖ ਸਕਦੇ, ਵਕੀਲ ਜਿਹੜਾ ਹੈਗਾ ਕੁਛ ਨਹੀਂ ਕਰ ਸਕਦਾ, ਨਾ ਦਲੀਲ ਤੁਹਾਡੀ ਕੁਛ ਕਰ ਸਕਦੀ ਹੈ। ਯਾਨੀ ਕਿ ਉਸ ਝੂਠ ਦੇ ਪਲੰਦੇ ਉੱਤੇ ਇੱਕ ਐਸਾ ਕਾਨੂੰਨ ਬਣਾਇਆ ਗਿਆ ਹੈ, ਗਲਤ, ਜਿਹੜਾ ਬਹੁਤ ਗਲਤ ਕਾਨੂੰਨ ਹੈ, ਇਹਨੂੰ ਬਦਲਣ ਦੀ ਲੋੜ ਹੈ ਇਸ ਕਾਨੂੰਨ ਨੂੰ। ਔਰ ਇਸ ਇਦਾਂ ਦੇ ਕਾਨੂੰਨ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਬਹੁਤੇ ਕੇਸਾਂ ਦੇ ਵਿੱਚ ਜ਼ਮਾਨਤ ਜਿਹੜੀ ਹੈਗੀ ਹੈ ਨਹੀਂ ਮਿਲਦੀ, ਕਿਉਂਕਿ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਸਾਡੇ ਕੋਲ ਕੋਈ ਅਧਿਕਾਰ ਹੀ ਨਹੀਂ ਹੈ, ਜੇਕਰ ਇਹ ਮਨੀ ਲਾਂਡਰਿੰਗ ਦਾ ਕੇਸ ਆਉਂਦਾ ਹੈ ਤਾਂ ਸਾਡੇ ਕੋਲ ਐਸਾ ਕੋਈ ਆਧਾਰ ਨਹੀਂ ਹੈ, ਸਾਡੇ ਕੋਲ ਐਸਾ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਉਸ ਅਧਿਕਾਰ ਦੇ ਉੱਤੇ ਉਸ ਸੰਵਿਧਾਨ ਦੇ ਰਾਹੀਂ ਜਾਂ ਉਸ ਕਾਨੂੰਨ ਦੇ ਰਾਹੀਂ ਅਸੀਂ ਉਸ ਸ਼ਖਸ ਨੂੰ ਜ਼ਮਾਨਤ ਦੇ ਸਕੀਏ ਜਾਂ ਬਾਹਰ ਕੱਢ ਸਕੀਏ। ਔਰ ਇਸ ਕਰਕੇ ਈਡੀ ਦੇ ਰਾਹੀਂ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ। ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਕਾਨੂੰਨ ਹੈ ਇਹਨੂੰ ਬਦਲਣ ਦੀ ਲੋੜ ਹੈ, ਕਿਉਂਕਿ ਇਸ ਕਾਨੂੰਨ ਦੇ ਰਾਹੀਂ ਜਿਹੜਾ ਹੈਗਾ ਬਹੁਤ ਸਾਰੇ ਜਿਹੜੇ ਆਮ ਲੋਕਾਂ ਨੂੰ, ਆਮ ਲੀਡਰਾਂ ਨੂੰ ਜਿਹੜਾ ਹੈਗਾ ਫਸਾਇਆ ਜਾ ਰਿਹਾ ਈਡੀ ਦੇ ਰਾਹੀਂ ਜਾਂ ਵੱਖ ਵੱਖ ਏਜੰਸੀਆਂ ਦੇ ਰਾਹੀਂ। ਸੋ ਸਮੱਸਿਆ ਕਾਨੂੰਨ ਦੀ ਹੈ, ਕਾਨੂੰਨ ਜਿਹੜਾ ਹੈਗਾ ਉਹ ਸੈਂਟਰ ਨੂੰ ਬਦਲਣਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਪੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ। ਮਿਹਰਬਾਨੀ, ਧੰਨਵਾਦ, ਸ਼ੁਕਰੀਆ, ਥੈਂਕ ਯੂ ਡਾਕਟਰ ਸਾਹਿਬ।